ਜੀ ਕਰਦੀ ਹੈ ਤੋਂ ਕੁਲਦੀਪ ਸਿੰਘ ਜੀ ਕਰਦੀ ਹੈ ਤੋਂ ਪਹੁੰਚੇ ਨੇ ਜੀ ਆਇਆਂ ਮੈਂ ਬਹੁਤ ਬਹੁਤ ਧੰਨਵਾਦ ਤੇ ਜੋ ਬ੍ਰੰਤ ਰਾਤਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਰਿਵਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਤਿਕਾਰ ਦੇ ਆਪਣੀ ਰਾਜਨੀਤੀ ਕਰ ਰਿਹਾ ਬਿਲਕੁਲ ਗਲਤ ਗੱਲ ਆ ਕਿਉਂਕਿ ਜਦੋਂ ਇਹਨਾਂ ਸਤਿਕਾਰ ਕਰਨਾ ਹੁੰਦਾ ਤੇ ਜਦੋਂ ਰਮਨਜੀਤ ਸਿੰਘ ਸਿੱਕੀ ਹੋਣਾਂ ਨੇ ਅਸਤੀਫਾ ਦਿੱਤਾ ਸੀ ਉਦੋਂ ਇਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਇਲੈਕਸ਼ਨ ਲੜ ਕੇ ਮੇਰੇ ਭੰਗੜੇ ਪਾਏ ਦੇਖੋ ਮੈਂ ਤੇ ਗੱਲ ਤਾੜੀ ਚਾਹੁੰਦਾ ਵੀ ਜਿਹੜਾ ਬੰਦਾ ਭੰਗੜੇ ਪਾ ਸਕਦਾ ਲੱਤਾਂ ਚੁੱਕ ਕੇ ਜਿਹੜਾ ਜ਼ਿੰਮੇਵਾਰ ਵਧਾਰਾ ਤੋਂ ਬਗੈਰ ਕੋਈ ਸਿਆਣਾ ਬੰਦਾ ਹੀ ਨਹੀਂ ਲੱਭਿਆ ਵੀ ਜਿਹਨੂੰ ਉਹ ਚੇਅਰਮੈਨ ਬਣਾ ਸਕਣ ਕੋਈ ਜ਼ਿੰਮੇਵਾਰੀ ਦੇ ਸਕਣਾ ਟੋਟਲ 95% ਉਹਨਾਂ ਨੇ ਆਪਣੇ ਰਿਸ਼ਤੇਦਾਰ ਚੇਅਰਮੈਨ ਲਾਏ ਇਹ ਇਕਬਾਲ ਸਿੰਘ ਸੰਧੂ ਦਾ ਵਾਅਦਾ ਪਰਮਾਤਮਾ ਮੈਨੂੰ ਸਮਾਂ ਦੇਵੇਗਾ ਇਹ ਇਸ ਹਲਕੇ ਦੇ ਵਿੱਚ ਜੰਗ ਜਿੱਤੂੰਗਾ ਮੇਰੇ ਪਰਿਵਾਰ 'ਚ ਕੋਈ ਰਾਜਨੀਤੀ 'ਚ ਨਹੀਂ ਆਊਗਾ ਸਾਰੇ ਵਰਕਰਾਂ ਦਾ ਜਿਹੜੇ ਬਜ਼ੁਰਗ ਵਰਕਰ ਨੇ ਉਹਨਾਂ ਦਾ ਮਾਣ ਸਨਮਾਨ ਕਰੂੰਗਾ ਇਹ ਨਹੀਂ ਕੋਈ ਰਿਸ਼ਤੇਦਾਰੀਆਂ ਦਾ ਨਹੀਂ ਰਿਸ਼ਤੇਦਾਰੀਆਂ ਨਹੀਂ ਪਾਉਂਦਾ ਜਿਹੜਾ ਬੰਦਾ ਇਹੋ ਜਿਹੀ ਗੱਲ ਕਰਦਾ ਉਹ ਤੋਂ ਵੱਖਰਾ ਅੱਛੋ ਨਹੀਂ ਹੈ ਸੁਖਬੀਰ ਬਾਦਲ ਤੇ ਗੱਲਾਂ ਕਰਦੇ ਆ ਤੇ ਮੈਂ ਸਮਝਦਾ ਇਹਨਾਂ ਦੇ ਇਹ ਤੇ ਹਿੰਦੁਸਤਾਨ 'ਚ ਟੌਪ ਆ ਜਾਣਾ ਬ੍ਰਹਮਪੁਰ ਪਰਿਵਾਰ ਜੇ ਆਪਾਂ ਟੌਪ ਕੱਢਣੇ ਆਉਂਦਾ ਵੀ ਜਿਹਨੇ ਸਭ ਤੋਂ ਵੱਧ ਲੁੱਟਿਆ ਸਰਕਾਰ ਨੂੰ ਤੇ ਸਰਕਾਰੀ ਖਜ਼ਾਨੇ 'ਚ ਕਿੰਨੀਆਂ ਤਨਖਾਹਾਂ ਆਉਂਦੀਆਂ ਕਿਹੜੇ ਪਰਿਵਾਰ ਦੀਆਂ ਆਉਂਦੀਆਂ ਸਭ ਤੋਂ ਵੱਧ ਬ੍ਰਹਮਪੁਰ ਪਰਿਵਾਰ ਦੀਆਂ ਜਿੰਨੇ ਪੜਵਾਈਏ ਜਿੰਨੇ ਭਰਾਵੇ ਜਿੰਨੇ ਭਤੀਜੇ ਜਿੰਨੇ ਸਾਰੇ ਚੇਅਰਮੈਨ ਇਸ ਕਰਕੇ ਇਹ ਤਾਂ ਹਵਾ 'ਚ ਗੱਲਾਂ ਇਹਨਾਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਕੋਈ ਪਿਆਰ ਨਹੀਂ ਹੈਗਾ ਜਿਹਦਾ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਹੋਵੇ ਮੇਰਾ ਨਿਸ਼ਾਨਾ ਇੱਕੋ ਫਤਿਹ ਗਰੁੱਪ ਦੇ ਝੰਡੇ ਥੱਲੇ ਇਲੈਕਸ਼ਨ ਲੜ ਕੇ ਇੰਨੀ ਵੱਡੀ ਲੀਡ ਨਾਲ ਜਿੱਤਾਂਗੇ ਇੰਨੀ ਵੱਡੀ ਲੀਡ ਨਾਲ ਜਿੱਤਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਸਾਲ ਹੋਇਆ ਕਰੂ ਕਿ ਖਡੂਰ ਸਾਹਿਬ ਵਿਧਾਨ ਸਭਾ ਹਲਕੀ ਦੇ ਵਿੱਚ ਇੰਨੀ ਵੱਡੀ ਲੀਡ ਨਾਲ ਇਲੈਕਸ਼ਨ ਜਿੱਤੀ ਗੁਰੂ ਮਹਾਰਾਜ ਦੇ ਸਤਿਕਾਰ ਨੂੰ ਠੇਸ ਪਹੁੰਚਾਊਗਾ ਉਹਨੂੰ ਆਉਣ ਵਾਲੇ ਸਮੇਂ 'ਚ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਤੁਹਾਡੇ ਟਰੱਸ ਦੇ ਵਿੱਚ ਕਹਿਣਾ ਚਾਹੁੰਦਾ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਇਹਨਾਂ ਦਾ ਚਿਹਰਾ ਬਿਲਕੁਲ ਨੰਗਾ ਆਊਗਾ ਜਿਹੜੇ ਸਿੱਖਾਂ ਦੇ ਦੁਸ਼ਮਣ ਆ ਉਹਨਾਂ ਨੇ ਵੀ ਹੱਥ ਮਿਲਾਉਣਗੇ ਜਿਹੜੇ ਸਾਡੇ ਪੰਜਾਬ ਨੂੰ ਅਮਲ ਨੂੰ ਅੱਗ ਲਾਉਣਗੇ ਉਹਨਾਂ ਨੇ ਵੀ ਹੱਥ ਮਿਲਾ ਸਕਦੇ ਆ ਇਹ ਆਪਣੀ ਰਾਜਨੀਤਿਕ ਭੁੱਖ ਮਿਟਾਉਣ ਲਈ ਕਿਸੇ ਵੀ ਹੱਦ ਤੱਕ ਦਾ